ਅੱਜ ਦਾ ਨਾਸ਼ਤਾ ਜੀ ਆਮਲੇਟ, ਆਲੂ ਵਾਲਾ ਚਾਏ, ਖਜੂਰਾਂ ਦਾ ਪਾਣੀ ਦਾ ਗਲਾਸ। ਨਾਸ਼ਤਾ ਕਰ ਲਿਆ, ਇੱਥੋਂ ਬਾਈਕ ਵੀ ਬਾਹਰ ਨਿਕਾਲ ਲਈਏ। ਬਾਈਕ ਅੰਦਰ ਖੜ੍ਹਾ ਹੁੰਦਾ ਕਿ ਖੁਦਾ ਨਾ ਖਾਸਤਾ ਕੋਈ ਕੰਮ ਨਾ ਪੈ ਜਾਵੇ ਰਾਤ ਨੂੰ। ਸੁਬਾਹ ਸੁਬਾਹ ਮੈਂ ਆਫਿਸ ਵੱਲੋਂ ਨਹੀਂ ਗਿਆ, ਬਾਜ਼ਾਰ ਵੱਲੋਂ ਜਾ ਰਿਹਾ। ਇੱਥੋਂ ਇੱਕ ਦੇਵੀ ਰਿਜ਼ਰਵੇਸ਼ਨ ਕਰਵਾ ਕੇ ਅਤੇ ਉਹ ਭੇਜਣੀ ਹੈ ਚੱਕ। ਹੁਣ ਮੈਂ ਜਾ ਰਿਹਾ ਜੀ ਅਤੇ ਉਹਨਾਂ ਕੋਲੋਂ ਜਾ ਕੇ ਦੇਖਦੀ ਬੁਕਿੰਗ ਕਰਾ ਦੇ, ਨਾਲੇ ਟੈਨਸ਼ਨ ਲੈਂਦੇ ਕੀ ਟਾਈਮ ਉਹਨਾਂ ਨੂੰ ਮਿਲੇਗੇ। ਇਹ ਦੇਖਦੀ ਪੇਮੈਂਟ ਆ ਤੇ ਦੇਖ ਵੀ ਆਪਣੀ ਡਨ ਹੋ ਗਈ ਆ। ਇਹ ਭੇਜਣੀ ਆ 95 ਜਾ ਕੇ ਜੀ, ਤਕਰੀਬਨ ਦੋ ਤੋਂ ਪਹਿਲੇ ਪਹਿਲੇ ਪਹੁੰਚ ਹੋ ਜਾਏਗੀ। ਇਸ ਦੇਖ ਦੀ ਪੇਮੈਂਟ ਵੀ ਹੋ ਚੁੱਕੀ ਆ। ਮੈਂ ਜਿਹੜੀ ਨਾ ਸਾਦਕਾਬਾਦ ਦੀ ਕਿਨਾਲ ਰੋਡ ਆ, ਇੱਥੋਂ ਹੀ ਪਰੇ ਆਫਿਸ ਵੱਲ ਮੂੰਹ ਕਰ ਲੈਣਾ। ਹਾਂਜੀ, ਆਫਿਸ ਪਹੁੰਚ ਗਿਆ ਮੈਂ, ਟਾਈਮ 10 ਵੱਜ ਗਿਆ। ਮੈਨੂੰ ਦੇਖਾਂ ਵਾਲੇ ਕੋਲ ਜ਼ਿਆਦਾ ਰਸ਼ ਲੱਗ ਗਿਆ। ਅਸਲਾਮੁ ਅਲੈਕੁਮ ਜੀ, ਕੀ ਹਾਲ ਚਾਲ ਹੈ ਸਾਰਿਆਂ ਦਾ? ਉਮੀਦ ਕਰਦਾ ਸਾਰੇ ਠੀਕ ਠਾਕ ਹੋ, ਖੁਸ਼ ਹੋ, ਰਾਜ਼ੀ ਹੋ। ਮੈਂ ਅਸਦ ਨਵਾਜ਼, ਤੁਸੀਂ ਦੇਖ ਰਹੇ ਯੂਟਿਊਬ ਚੈਨਲ ਪੰਜਾਬੀ ਗੁੰਡਾ। ਜਿਸ ਜਿਸ ਭਾਈ ਨੇ ਅੱਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਜਲਦੀ ਨਾਲ ਚੈਨਲ ਸਬਸਕ੍ਰਾਈਬ ਕਰ ਦੇ ਅਤੇ ਫਿਰ ਸ਼ੁਰੂ ਕਰਦੇ ਹਾਂ ਅੱਜ ਲਈ ਮਜ਼ੇਦਾਰ ਜੀ ਵੀਡੀਓ। ਵੀਡੀਓ ਬਹੁਤ ਦਿਨਾਂ ਬਾਅਦ ਅੱਜ ਆ ਰਹੀ ਹੈ ਯਾਰ, ਮਸਰੂਫੀਆਂ ਬਹੁਤ ਜ਼ਿਆਦਾ ਹੋ ਜਾਂਦੀ ਹੈ, ਇਸ ਵਾਸਤੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲ ਰਹੀ ਆ। ਹਾਫ ਵੀਡੀਓ ਬਣ ਜਾਂਦੀ, ਅਗਲੇ ਦਿਨ ਡਰੈਸਿੰਗ ਚੇਂਜ ਹੋ ਜਾਂਦੀ ਅਤੇ ਸਾਰੀ ਵੀਡੀਓ ਦਾ ਮਜ਼ਾ ਖੁੱਡੇ ਲੈਣ ਲੱਗ ਜਾਂਦਾ। ਇਹ ਦੇਖ ਲਈ ਪਰਚੀ, ਮੌਲਾਨਾ ਸਾਹਿਬ ਨੂੰ ਦੇ ਕੇ ਭੇਜ ਰਹੇ। ਮੌਲਾਨਾ ਸਾਹਿਬ ਨੇ ਦੇਖ ਪਿੱਕ ਕਰਕੇ ਅਤੇ ਅੱਗੇ ਡਰੋਪ ਕਰਕੇ ਆਉਣੀ ਹੈ। ਸਿਸਟਮ ਵੀ ਹੁਣ ਕਰ ਲਿਆ, ਇੱਥੇ ਦਾ ਜਿਹੜਾ ਕੋਈ ਕੰਮ ਸ਼ਾਮ ਆ ਉਹ ਵੀ ਪਹਿਲੇ ਜਿਹੜਾ ਨਾ ਪੂਰਾ ਕਰ ਲਈਏ, ਇਸ ਤੋਂ ਪਹਿਲੇ ਕਿ ਇੱਥੇ ਬਿਜਲੀ ਬੰਦ ਹੋ ਜਾਏ। ਵੈਸੇ ਵੀ ਸਾਦਕਾਬਾਦ ਦਾ ਜਿਹੜਾ ਮੌਸਮ ਹਨ ਉਹ ਇੰਤਹਾਈ ਜਹਨਮੀ ਮੌਸਮ ਔਰ ਗਰਮ ਤਰੀਨ ਮੌਸਮ ਬਣਿਆ ਪਿਆ ਵਾ। 41-45 ਦੇ ਕਰੀਬ ਕਰੀਬ ਜਿਹੜਾ ਨਾ ਟੈਂਪਰੇਚਰ ਮਾਰਚ 'ਚ ਹੀ ਹੋ ਗਿਆ। ਲਾਸਟ ਈਅਰ ਜਿਹੜਾ ਉਹ ਤਾਂ ਅਪ੍ਰੈਲ ਤੋਂ ਹੀ ਬਾਅਦ ਜਾ ਕੇ ਜਿਹੜਾ ਨਾ ਅਸਲ ਗਰਮੀ ਸਟਾਰਟ ਹੋਈ ਸੀ, ਲੇਕਿਨ ਇਹ ਤਾਂ ਫਰਵਰੀ ਦੇ ਐਂਡ ਤੋਂ ਹੀ ਇੰਨੀ ਕੁ ਗਰਮੀ ਪੈਣੀ ਸ਼ੁਰੂ ਆ ਕੇ ਅਖੀਰ ਹੋ ਗਈ ਆ। ਪੱਖੇ ਸਾਫ਼ ਕਰਨ ਦਾ ਵੀ ਮੌਕਾ ਨਹੀਂ ਮਿਲਿਆ, ਇੱਦਾਂ ਹੀ ਪੱਖੇ ਚਲਾਉਣੇ ਪੈ ਗਏ ਆ। ਸੋ ਕਣਕਾਂ ਪੱਕ ਕੇ ਤਿਆਰ ਹੋ ਚੁੱਕੀਆਂ ਵਾ, ਵਾਢੀਆਂ ਵਗੈਰਾ 200 ਚੱਕ ਵਾਲੀ ਸਾਈਡ 'ਤੇ ਜਿਹੜਾ ਨਾ ਉਹ ਤਾਂ ਸ਼ੁਰੂ ਆ, ਲੇਕਿਨ ਇੱਥੇ ਸਾਦਕਾਬਾਦ ਦੇ ਕਰੀਬ ਕਰੀਬ ਜਿਹੜੇ ਚੱਕ ਆ ਇੱਥੇ ਹਲੇ ਕੁਛ ਜਗ੍ਹਾ 'ਤੇ ਹਰਿਆਲੀ ਹਰਿਆਲੀ ਹੈ, ਕੁਛ ਜਗ੍ਹਾ 'ਤੇ ਜਿਹੜਾ ਨਾ ਉਹ ਸੁਨਹਿਰੀ ਰੰਗ ਹੋ ਚੁੱਕਿਆ। ਉਹ ਵੀ ਮੇਰਾ ਅਗਰ ਲੱਗਾ ਚੱਕਰ ਤਾਂ ਮੈਂ ਤੁਹਾਨੂੰ ਦਿਖਾ ਕੇ ਲਿਆਵਾਂਗਾ। ਇਹ ਪਰਦਾ ਵੀ ਓਪਨ ਕੀਤਾ ਹੋਇਆ ਵਾ, ਕਿਉਂਕਿ ਸੁਬਹਾ ਸੁਬਹਾ ਅਤੇ ਧੁੱਪ ਜਿਹੜੀ ਹੈ ਨਾ ਉਹ ਫਿਰ ਅੰਦਰ ਬਹਿਣ ਨਹੀਂ ਦਿੰਦੀ। ਇੱਕ ਤੋਂ ਲੱਗਾ ਹੋਇਆ ਸਾਰਾ ਸ਼ੀਸ਼ਾ 5 mm ਦਾ, ਅੰਦਰ ਤਾਂ ਜਹੰਮ ਹੁੰਦੀ ਸੁਬਹਾ ਸੁਬਹਾ ਜਿਸ ਟਾਈਮ ਆਓ। ਹੁਣ ਹਵਾ ਚੱਲ ਪਈ ਹੈ ਬਾਹਰ, ਫਿਰ ਉਹ ਸਾਹਮਣੇ ਦੁਕਾਨ ਦੀ ਅਪਡੇਟ ਦੇਵਾਂ ਤੁਹਾਨੂੰ, ਅਤੇ ਦੁਕਾਨ ਦਾ ਇਰਾਦਾ ਜਿਹੜਾ ਹਾਲੇ ਉਹ ਥੋੜ੍ਹਾ ਪੋਸਟਪੋਨ ਆ। ਉਹਦੀ ਵਜ੍ਹਾ ਇਹ ਆ ਕਿ ਸੀਜ਼ਨ ਅੱਗੋਂ ਸ਼ੁਰੂ ਹੋ ਰਿਹਾ ਅਤੇ ਡਬਲ ਟਾਈਮ ਦੇਣਾ ਮੁਸ਼ਕਿਲ ਆ। ਇਹ ਸਾਹਮਣੇ ਆਪਣੇ ਕੋਲ ਵਾਕ ਇਨ ਕਸਟਮਰ ਆਏ ਸੀ, ਹੁਣ ਜਾ ਰਹੇ ਵਾਪਸ, ਕਿਉਂਕਿ ਵਾਕ ਇਨ ਕਸਟਮਰ ਵਗੈਰਾ ਦੇ ਨਾਲ ਜਿਹੜਾ ਨਾ ਉਹ ਡੀਲ ਨਹੀਂ ਕਰੀਦੀ। ਇਹ ਸਿਰਫ ਡੀਲਰ ਹਜ਼ਰਾਤ ਕੋਲੋਂ ਚੁੱਕ ਸਕਦੇ, ਇੱਥੋਂ ਸਿਰਫ ਸਾਡੇ ਕੋਲੋਂ ਕੰਪਨੀ ਸੈਟਅਪ ਆ, ਇੱਥੋਂ ਸਿਰਫ ਡੀਲਰ ਹਜ਼ਰਾਤ ਜਿਹੜਾ ਨਾ ਉਹ ਸਪਰੇਅ ਚੁੱਕ ਸਕਦੇ ਆ, ਜਾਂ ਸਿਰਫ ਆਪਣੇ ਜਿਹੜੇ ਜ਼ਾਤੀ ਰਕਬੇ ਦੇ ਸਪਰੇਅ ਵਗੈਰਾ ਹੁੰਦੇ ਸਿਰਫ ਉਹ ਇੱਥੋਂ ਜਾ ਸਕਦੀ ਆ। ਵੈਸੇ ਆਮ ਵਾਕਿੰਗ ਕਸਟਮਰ ਨਾਲ ਡੀਲਿੰਗ ਨਹੀਂ ਹੁੰਦੀ। ਟਾਈਮ ਜੇ 2 ਵੱਜ ਗਏ, ਇੱਥੇ ਭੁੱਖ ਬੜੀ ਜਲਦੀ ਲੱਗ ਜਾਂਦੀ ਹੈ। 10 ਵਜੇ ਨਾਸ਼ਤਾ ਕਰਕੇ ਉਹ 2 ਵਜੇ ਫਿਰ ਭੁੱਖ ਲੱਗੀ ਹੁੰਦੀ ਹੈ, ਅਤੇ ਹੁਣ ਮੈਂ ਨਾ ਖਾਣਾ ਛਾਣਾ ਖਾ ਪੀ ਆਵਾਂ, ਨਾਲ ਤੁਹਾਨੂੰ ਵੀ ਦਿਖਾਉਣਾ ਮੈਂ ਕੀ ਖਾਣਾ ਪੀਣਾ, ਫਿਰ ਬਾਕੀ ਵੀਡੀਓ ਬਾਅਦ 'ਚ ਕੰਟੀਨਿਊ ਕਰਦੇ ਹਾਂ, ਸਾਰੀ ਦਿਹਾੜੀ ਕਵਰ ਕਰਨੀ ਹੈ। ਇਹ ਡੱਬੀ ਦੇ ਮਜ਼ੇ ਮੈਂ ਪੂਰਾ ਸਾਲ ਲਏ ਆ, ਫਿਰ ਵੇਚ ਕੇ ਮੈਂ 1-5 ਲਿਆ। ਇਹ ਪਈ ਬਸ ਸਿਟੀ 'ਚ ਠੀਕ ਲੱਗਦੀ ਹੈ। ਇਹ ਆਉਂਦੀ ਵਾਲੇ ਲੋਕ ਪੱਲੇ ਇਹ ਆਈ ਜਾਂਦਾ, ਘਰ ਪਹੁੰਚ ਗਿਆ, ਦਰਵਾਜ਼ਾ ਹੀ ਨਹੀਂ ਖੋਲਦੇ ਪਏ, 1/2 ਘੰਟਾ ਹੋ ਗਿਆ। ਤੁਹਾਨੂੰ ਹੁਣ ਯਾਦ ਆਇਆ, ਉਹ ਦੇਖ ਲਓ ਆਹ ਕੁੜੀ ਦਾ ਵੀ ਯੂਟਿਊਬ ਚੈਨਲ ਆ ਜੀ। ਆਹ ਸਾਹਮਣੇ ਵਿੰਡੋ ਨਾ ਮੇਰੇ ਬੈਠਿਆਂ ਬੈਠਿਆਂ ਇੱਦਾਂ ਹਿੱਲੀ ਜਿੱਦਾਂ ਜ਼ਲਜ਼ਲੇ ਦਾ ਝਟਕਾ ਹੁੰਦਾ। ਸਾਦਕਾਬਾਦ ਵਿੱਚ ਕਿਸੇ ਹੋਰ ਨੂੰ ਵੀ ਇਹ ਪ੍ਰੋਬਲਮ ਆ ਅਤੇ ਉਹ ਥੱਲੇ ਕਮੈਂਟ 'ਚ ਦੱਸ ਸਕਦਾ। ਆਹ ਸੋ ਕਾਲਡ ਪੰਜਾਬੀਆਂ ਦੇ ਘਰ, ਉਹ ਦੇਖ ਲਓ ਤੋਲੀ ਆ ਬੂਹੇ 'ਤੇ। ਅੱਜ ਦੀ ਰੋਟੀ ਦਾਲ ਚਨਾ ਅਤੇ ਰੋਟੀ ਅਤੇ ਪਿਆਜ਼ ਖਾਂਦੇ ਉੱਥੇ ਆਓ, ਨਹੀਂ ਖਾਣੀ ਤਾਂ ਨਾ ਆਓ। ਖਾਣਾ ਛਾਣਾ ਖਾ ਕੇ ਫਿਰ ਵਾਪਸ ਦਫ਼ਤਰ। ਹਾਂਜੀ, ਆਫਿਸ ਆ ਗਿਆ ਮੈਂ, ਖਾਣਾ ਛਾਣਾ ਖਾ ਕੇ ਤਕਰੀਬਨ 15-20 ਮਿੰਟ ਹੋਏ ਆ।
ਹੁਣ ਜਿਹੜਾ ਨਾ ਕੁਛ ਕੰਪਿਊਟਰ ਦਾ ਕੰਮ ਸ਼ੰਮ ਉਹ ਵੀ ਮੈਂ ਨਾਲ ਕਰ ਰਿਹਾ ਅਤੇ ਪਹਿਲੇ ਮੈਂ ਉਹ ਖਤਮ ਕਰ ਲਵਾਂ। ਜੁਮਾ ਨਮਾਜ਼ ਪੜ੍ਹ ਕੇ ਆ ਕੇ ਔਫਿਸ ਅਤੇ ਅੱਜ ਫਿਰ ਮੰਗਵਾਈ ਹੈ ਆਈਸਕ੍ਰੀਮ, ਥੋੜ੍ਹੀ ਥੋੜ੍ਹੀ ਮਿੱਠੀ ਮਿੱਠੀ ਭੁੱਖ ਲੱਗੀ ਹੋਈ ਸੀ। ਇਹ ਲਈ ਆਈਸਕ੍ਰੀਮ ਕਿੰਗ ਕੁਲਫਾ ਖਾਂਦੇ ਹੋ ਤਾਂ ਆਓ ਜੀ ਬਿਸਮਿਲ੍ਲਾ, ਨਹੀਂ ਤਾਂ ਨਾ ਸਹੀ। ਮੈਂ ਟਿਸ਼ੂ ਨਾਲ ਨੱਕ ਪਕੜਿਆ ਹੋਇਆ ਕਿਉਂਕਿ ਖੂਨ 'ਚੋਂ ਨੱਕ ਆ ਰਿਹਾ, ਇਸ ਵਾਸਤੇ ਗਰਮੀ ਹੋਈ ਸੀ ਦਿਮਾਗ 'ਤੇ। ਬਸ ਇੱਕ ਕੰਮ 'ਤੇ ਨਹੀਂ ਟਾਂਗ ਰਹੀ, ਬਾਕੀ ਸਾਰਾ ਸਿਸਟਮ ਹੀ ਹੈ ਜੀ। ਟਾਈਮ ਹੋ ਗਿਆ ਜੀ 6 ਵੱਜ ਗਏ ਪੂਰੇ ਅਤੇ ਔਫਿਸ ਵੀ ਬੰਦ ਕਰਨ ਲੱਗੇ ਹਾਂ। ਅੱਗੇ ਵੀ ਖੂਨ 'ਚੋਂ ਨੱਕ ਮੇਰਾ ਨਿਕਲਦਾ ਹੀ ਰਿਹਾ, ਨਿਕਲਦਾ ਹੀ ਰਿਹਾ। ਅਤੇ ਮੈਂ ਆਪ ਜਾਣ ਬੁੱਝ ਕੇ ਪੁੱਠਾ ਬੋਲਿਆ ਵਾ, ਅਸੀਂ ਵੀ ਬਲਾਵਲ ਦੀਆਂ ਜਿਹੜੀਆਂ ਨਾ ਥੋੜ੍ਹੀਆਂ ਜਿਹੀਆਂ ਨਕਲਾਂ ਕਰ ਲਈਏ, ਟ੍ਰੈਂਡਿੰਗ ਹੈ ਚਾਹ ਜੀ ਅਸੀਂ ਵੀ। ਅਤੇ ਹੁਣ ਚੱਲਦੇ ਹਾਂ ਘਰ, ਘਰ ਚੱਲ ਕੇ ਚਾਹ ਚਾਹ ਪੀਂਦੇ, ਨਾਲੇ ਘਰ ਜਾ ਕੇ ਵੀਡੀਓ ਐਂਡ ਕਰਦੇ ਹਾਂ। ਘਰ ਆ ਗਿਆ ਮੈਂ, ਤਕਰੀਬਨ 10 ਮਿੰਟ ਹੋਏ ਆ, ਟਾਈਮ ਹੋ ਗਿਆ 8:46, ਔਰ ਔਫਿਸ ਲਾਸਟ ਦਿਨ ਬਣਾਇਆ ਸੀ 6 ਵਜੇ ਦਾ। ਫਿਰ ਮਹਿਮਾਨ ਆਏ ਜੋ ਬੈਠੇ ਅਤੇ ਉੱਠ ਕੇ ਗਏ, ਫਿਰ ਮੈਨੂੰ ਬਾਜ਼ਾਰ ਕੰਮ ਸੀ ਥੋੜ੍ਹਾ ਬਹੁਤ, ਉਹ ਕੰਮ ਸ਼ੰਮ ਕੀਤਾ। ਹੁਣ ਮੈਂ 9 ਵਜੇ ਘਰ ਪਹੁੰਚਿਆ ਅਤੇ ਅੱਜ ਵਾਲੀ ਵੀਡੀਓ ਦਾ ਇੱਥੇ ਹੀ ਐਂਡ ਕਰਦੇ। ਉਮੀਦ ਕਰਦਾ ਮੇਰੀ ਅੱਜ ਵਾਲੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਵੀ ਲਾਜ਼ਮੀ ਸਬਸਕ੍ਰਾਈਬ ਕਰੋ। ਫਿਰ ਮਿਲਦੇ ਇਨਸ਼ਾਅੱਲਾ ਅਗਲੀ ਵੀਡੀਓ 'ਚ, ਉਦੋਂ ਤੱਕ ਅੱਲਾ ਹਾਫਿਜ਼।